हर रोज एक नई खबर के साथ। ਕਾਫੀ ਲੋਕ ਜਿਹੜੇ ਪਰੇਸ਼ਾਨ ਗੱਲ ਵੀ ਕਹਿ ਰਹੇ ਸੀ ਤੁਹਾਡੇ ਉਦੋਂ ਤੁਸੀਂ
ਸਾਡਾ ਰਾਈਟ ਆ ਪ੍ਰੋਟੈਸਟ ਕਰਨਾ ਸੰਵਿਧਾਨ ਆ, ਪਰ ਪਬਲਿਕ ਵੀ ਆਪਣੀ ਜਗ੍ਹਾ ਦਿੱਤੀ ਹੈ। ਜੋ ਗਰਮੀ ਦੇ ਵਿੱਚ ਖੜ੍ਹੇ ਸੀਗੇ ਉਹ ਪਰੇਸ਼ਾਨ ਹੁੰਦੇ ਸੀ, ਇਸ ਕਰਕੇ ਉਹ ਕਾਹਲੇ ਪੈਂਦੇ ਸੀ ਜਲਦੀ ਜਲਦੀ ਖੋਲ੍ਹਿਆ ਜਾਵੇ। ਪਰ ਅਸੀਂ ਜੋ ਸਾਡਾ ਅਸੀਂ ਧਰਨਾ ਸੀਗਾ ਉਹ ਅਸੀਂ ਅਲਟੀਮੇਟ ਇੱਕ ਮਹੀਨਾ ਪਹਿਲਾਂ ਦਿੱਤਾ, ਦੇ ਚੁੱਕੇ ਸੀਗੇ ਕਿ ਅਸੀਂ ਇੱਕ ਮਹੀਨੇ ਬਾਅਦ ਜੇਕਰ ਸਰਕਾਰ ਨਹੀਂ ਸਾਡੀਆਂ ਮੰਗਾਂ ਮੰਨ ਕੇ ਬੰਦ ਕਰਾਂਗੇ। ਬਿਲਕੁਲ, ਜੋ ਸੂਬਾ ਕਮੇਟੀ ਦਾ ਸਾਡਾ ਅਗਲਾ ਪ੍ਰੋਗਰਾਮ ਲਿਖੂਗੀ, ਜੋ ਵੀ ਕਹੇਗੀ ਉਹਦੇ ਮੁਤਾਬਕ ਅਸੀਂ ਸਾਡੇ ਸਟੈਪ ਵਾਈਜ਼ ਕੰਮ ਕਰਾਂਗੇ। ਬਿਲਕੁਲ ਜੀ, 15 ਮਿੰਟ ਵਾਸਤੇ ਖੋਲ੍ਹੀ ਅਸੀਂ, ਜੇਕਰ ਸਰਕਾਰ ਛੁੱਟੀ ਨਹੀਂ ਕੱਢਦੀ 15 ਮਿੰਟ ਬਾਅਦ। ਡਾਊਨ ਰੋਲ। ਹਾਂਜੀ ਸਰ, ਅੱਜ ਉਹ ਚੱਕਾ ਜਾਮ ਕੀਤਾ ਗਿਆ ਸੀ PRTC ਪਨਬੱਸ ਮੁਲਾਜ਼ਮਾਂ ਵੱਲੋਂ, ਕਿੰਨੇ ਸਮੇਂ ਲਈ ਕੀਤਾ ਗਿਆ ਸੀ, ਕੀ ਕੁਝ ਉਹਨਾਂ ਵੱਲੋਂ ਮੰਗਾਂ ਰੱਖੀਆਂ ਗਈਆਂ? ਗੱਲ ਚੱਲ ਰਹੀ ਹੈ, ਜੀਐਨ ਸਾਹਿਬ ਸਾਡੇ ਨਾਲ ਆ, ਉਹਨਾਂ ਨੇ ਵੀ ਪੂਰੀ ਗੱਲ ਕੀਤੀ। ਹੁਣ ਇਹਨਾਂ ਨੇ ਜਿਹੜਾ ਡਾਕਟਰ ਸੀ ਇਹਨਾਂ ਨੂੰ ਕਰਕੇ ਇਹਨਾਂ ਨੇ ਖੋਲ੍ਹਿਆ, ਔਰ ਇਹਨਾਂ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ। ਅੱਛਾ, ਇੱਕ ਸਰਵਿਸ ਲਾਈਨ, ਜਦੋਂ ਕੋਈ ਵੀ ਪ੍ਰੋਟੈਸਟ ਹੁੰਦਾ ਤਾਂ ਸਰਵਿਸ ਲਾਈਨ ਹਮੇਸ਼ਾ ਖੋਲ੍ਹੀ ਜਾਣੀ ਚਾਹੀਦੀ ਹੈ। ਸਰਵਿਸ ਲਾਈਨ ਨਹੀਂ ਖੁੱਲ੍ਹੀ ਰਹੀ, ਕਾਫੀ ਲੋਕ ਪਰੇਸ਼ਾਨ ਹੁੰਦੇ ਰਹੇ, ਐਂਬੂਲੈਂਸ ਨੂੰ ਵੀ ਕਰਨ ਵਿੱਚ ਸਮਾਂ ਲੱਗਾ, ਇਸ ਵਕਤ ਪੁਲਿਸ ਪ੍ਰਸ਼ਾਸਨ ਕੀ ਕਰਦੇ ਹੋ? ਜਿਹੜਾ ਇਸ ਸੰਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਕੀਤਾ ਸੀ, ਇਹ ਪਿੱਛੇ ਕਾਰਟੂਨ ਡਿਵਾਈਡ ਕਰਾਇਆ, ਫਿਰ ਵੀ ਜਿਹੜੀ ਐਂਬੂਲੈਂਸ ਵਗੈਰਾ ਆ ਰਹੀ ਸੀ ਅਸੀਂ ਉਹਨੂੰ ਭਰਵਾ ਦਿੱਤੀ। ਠੀਕ।